ਹੁਣ ਕਰੋ ਚੈੱਕ ਤੁਸੀਂ ਟੰਕੀ ਲੱਗ ਗਈ ਆਪਣੇ ਸਵਰਾਜ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਵਲੌਗ ਸ਼ੁਰੂ ਹੋ ਰਿਹਾ ਲਗਭਗ ਟਾਈਮ ਵੇਖ ਹੀ ਲਵਾਂ ਮੈਂ 8:30 ਹੋ ਗਿਆ ਜਿਮ ਤੋਂ ਆਪਾਂ ਆ ਗਏ ਹਾਂ ਐਡੀਟਿੰਗ ਕੀਤੀ ਹੈ ਮੈਂ ਤੇ ਬਸ ਕੱਲ੍ਹ ਵਾਲਾ ਵਲੌਗ ਰੈਂਡਰ ਕਰਨਾ ਲਾਇਆ ਹੋਇਆ ਕਿਉਂਕਿ ਰਾਤ ਲੇਟ ਸੁੱਤਾ ਸੀਗਾ ਤੇ ਰਾਤ ਫਿਰ ਐਡੀਟਿੰਗ ਨਹੀਂ ਸੀ ਹੋਈ ਇਸ ਕਰਕੇ ਸਵੇਰੇ ਹੁਣ ਮੈਂ ਐਡੀਟਿੰਗ ਕੀਤੀ ਹੈ ਤੇ ਵਲੌਗ ਅਪਲੋਡ ਕਰਦੇ ਹਾਂ ਤੇ ਉਸ ਦੇ ਨਾਲ ਆ ਦੇਖ ਲਓ ਆਪਣੇ ਸਵਰਾਜ ਦੀ ਲੁੱਕ ਵੈਸੇ ਤਾਂ ਰਾਤ ਵਿਖਾਤੀ ਸੀ ਮੈਂ ਕਿੱਦਾਂ ਦੀ ਆ ਰਹੀ ਹੈ ਤੇ ਅੱਜ ਆਪਾਂ ਮੇਨ ਇਹਦੇ 'ਤੇ ਕੰਮ ਕਰਨਾ ਅੱਗੇ ਬਾਹਰ ਵਾਲੇ ਸੈਟਅਪ 'ਚ ਤਾਂ ਕੋਈ ਜ਼ਿਆਦਾ ਕੰਮ ਹੈ ਨਹੀਂ ਗਾ ਅਤੇ ਅੱਜ ਵੀਡੀਓ ਸ਼ੂਟ ਕਰਨ ਦਾ ਵੀ ਕੋਈ ਪਲੈਨ ਨਹੀਂ ਗਾ ਠੀਕ ਹੈ ਬਾਹਰ ਅਤੇ ਅੱਜ ਆਪਾਂ ਇੱਕ ਤਾਂ ਆਪਣੇ ਸਵਰਾਜ 'ਤੇ ਕੰਮ ਕਰਦੇ ਹਾਂ ਦੂਜਾ ਹਿੰਦੁਸਤਾਨ 'ਤੇ ਵੀ ਦੇਖਦੇ ਹਾਂ ਥੋੜ੍ਹਾ ਜਿਹਾ ਕੰਮ ਜੇ ਹੋ ਗਿਆ ਤਾਂ ਉਹਦੇ 'ਤੇ ਵੀ ਕਰਾਂਗੇ ਠੀਕ ਹੈ ਆਹ ਪਲੈਨ ਹੈ ਅੱਜ ਦਾ ਅਤੇ ਕੱਲ੍ਹ ਵਾਲੇ ਵਲੌਗ 'ਚ ਵੈਸੇ ਮੈਂ ਦੱਸਿਆ ਸੀਗਾ ਕਿ ਸਵਰਾਜ ਬਾਰੇ ਨਾ ਕੁਛ ਮੈਂ ਸੋਚਣ ਦਿਆਂ ਵਾਂ ਕਿ ਜਿਹੜਾ ਈਜ਼ੀ ਬਣ ਜਾਏ ਇਹਦੇ ਵਾਸਤੇ ਕਿਉਂਕਿ ਕੰਪਲੀਟ ਜਿਹੜੀ ਸ਼ੋਅ ਹੈ ਉਹਨੂੰ ਤਿਆਰ ਹੋਣ 'ਚ ਤਾਂ ਹਜੇ ਟਾਈਮ ਲੱਗ ਜੂਗਾ ਪਰ ਆਪਾਂ ਇਹਦੀ ਟੈਸਟਿੰਗ ਕਰਨੀ ਹੈ ਪੈਲੀ 'ਚ ਨੂੰ ਚਲਾਉਣਾ ਵੀ ਹੈ ਅਤੇ ਮੈਂ ਚਾਹੁੰਦਾ ਸੀ ਕਿ ਸਵਰਾਜ ਦੀ ਲੁੱਕ ਜਿਹੜੀ ਉਹ ਵਧੀਆ ਆਵੇ ਜਦੋਂ ਆਪਾਂ ਸ਼ੂਟ ਕਰੀਏ ਇਸ ਕਰਕੇ ਹੁਣ ਮੈਂ ਸੋਚਿਆ ਕਿ ਆਪਣਾ ਇਹਦੀ ਟੈਂਕੀ ਜਿਹੜੀ ਹੈ ਡੀਜ਼ਲ ਵਾਲੀ ਟੈਂਕੀ ਹੁੰਦੀ ਆ ਉਹ ਪ੍ਰਿੰਟ ਕਰਦੇ ਹਾਂ ਇੱਕ ਵਾਰੀ ਜਿਵੇਂ ਟਰੈਕਟਰ ਦੀ ਸ਼ੋਅ ਹੁੰਦੀ ਹੈ ਨਾ ਜਦੋਂ ਤੂੜੀ 'ਤੇ ਚੱਲਦਾ ਵੀ ਸ਼ੋਅ ਲਾਈ ਹੁੰਦੀ ਹੈ ਵੀ ਅਗਲੀ ਸਾਈਡ ਰੇਡੀਏਟਰ ਲੱਗਾ ਹੁੰਦਾ ਉਹ ਕਵਰ ਹੁੰਦਾ ਅਤੇ ਪਿੱਛੇ ਡੀਜ਼ਲ ਵਾਲੀ ਟੈਂਕੀ ਹੁੰਦੀ ਬਸ ਵਿੱਚ ਜਿਵੇਂ ਸਾਰਾ ਕੁਝ ਕਵਰ ਕੀਤਾ ਹੁੰਦਾ ਉੱਦਾਂ ਦਾ ਮੇਰਾ ਪਲੈਨ ਆ ਮੌਕੇ 'ਤੇ ਇੱਕ ਵਾਰੀ ਟੈਸਟਿੰਗ ਵਾਸਤੇ ਅਤੇ ਬਾਕੀ ਅੱਗੇ ਫਿਰ ਸ਼ੋਅ 'ਤੇ ਕੰਮ ਕਰਾਂਗੇ ਕਿਉਂਕਿ ਸ਼ੋਅ 'ਤੇ ਕੰਪਲੀਟ ਮੈਨੂੰ ਕੰਮ ਕਰਨਾ ਪੈਣਾ ਦੁਬਾਰੇ ਡਿਜ਼ਾਈਨ ਕਰਾਂਗਾ ਸਾਰੀ ਸ਼ੋਅ ਮੈਂ ਉਹਦੇ 'ਚ ਫਿਰ ਟਾਈਮ ਲੱਗੂਗਾ ਹਜੇ ਅਤੇ ਟਰੈਕਟਰ ਆਪਾਂ ਜ਼ਿਆਦਾ ਚਿਰ ਰੋਕ ਨਹੀਂ ਸਕਦੇ ਸ਼ੂਟ 'ਤੇ ਕਰਨਾ ਇਹਦੇ ਨਾਲ ਟੈਸਟਿੰਗ ਵੀ ਕਰਨੀ ਹੈ ਇਸ ਕਰਕੇ ਫਿਰ ਮੌਕੇ 'ਤੇ ਆ ਹੀ ਹੱਲ ਸੋਚਿਆ ਮੈਂ ਕਹਿੰਦਾ ਇਹਦੀ ਜਿਹੜੀ ਛਤਰੀ ਹੈ ਹੁੱਡ ਉਹ ਵੀ ਪ੍ਰਿੰਟ ਕਰਨੀ ਲਾਉਂਦੇ ਹਾਂ ਆਪਾਂ ਹੁੱਡ ਆਪਣੇ ਕੋਲ ਆ ਪਈ ਜੇ ਹਿੰਦੁਸਤਾਨ ਵਾਲੀ ਸਾਈਜ਼ ਮੇਰੇ ਹਿਸਾਬ ਨਾਲ ਸਹੀ ਰਹੂਗਾ ਸੇਮ ਇਸੇ ਸਾਈਜ਼ 'ਚੋਂ ਹੀ ਆਪਾਂ ਪ੍ਰਿੰਟ ਕਰ ਲੈਂਦੇ ਹਾਂ ਹੁੱਡ ਠੀਕ ਆ ਸਾਈਜ਼ 'ਚ ਜ਼ਿਆਦਾ ਮੱਥਾ ਨਹੀਂ ਮਾਰਨਾ ਪਊਗਾ ਚਲੋ ਕੋਈ ਨਹੀਂ ਲਾਉਂਦੇ ਹਾਂ ਹੁਣ ਇੱਕ ਪ੍ਰਿੰਟਰ ਨੂੰ ਵੀ ਕੰਮ 'ਤੇ ਲੇਟੈਸਟ ਅਪਡੇਟ ਕੁਛ ਇੱਦਾਂ ਹੈ ਕਿ ਵਲੌਗ ਅਪਲੋਡ ਕਰਤਾ ਸੀ ਮੈਂ ਅਤੇ ਉਹ ਤਾਂ ਸਾਰਾ ਕੰਮ ਮੁੱਕਿਆ ਸੈੱਟ ਹੋ ਗਿਆ ਅਤੇ ਆਹ ਦੇਖੋ ਤੁਸੀਂ ਲੁੱਕ ਚੈੱਕ ਕਰੋ ਆਪਣੇ ਸਵਰਾਜ ਦੀ ਜਿਹੜੀ ਇੱਕ ਵਾਰੀ ਟੈਂਪਰੇਰੀ ਲੁੱਕ ਆਪਾਂ ਰੱਖਣੀ ਹੈ ਉਹ ਇੱਦਾਂ ਦੀ ਰੱਖਣੀ ਹੈ ਠੀਕ ਹੈ ਕੰਪਲੀਟ ਸ਼ੋਅ ਹਜੇ ਨਹੀਂ ਪ੍ਰਿੰਟ ਹੋਣੀ ਅਤੇ ਟੈਂਪਰੇਰੀ ਲੁੱਕ ਇੱਦਾਂ ਦੀ ਰਹੂਗੀ ਇੱਥੇ ਮੈਂ ਡਿਜ਼ਾਇਨ ਕਰ ਲਿਆ ਸਾਰਾ ਅਤੇ ਆਹ ਇੱਦਾਂ ਦਾ ਰੇਡੀਏਟਰ ਲਾਉਂਦਾ ਰੇਡੀਏਟਰ ਸੇਮ ਹੀ ਹੈ ਜਿਹੜਾ ਆਪਾਂ ਆਪਣੇ V8 'ਚ ਲਾਇਆ ਸੀ ਨਾ ਉਹੀ ਡਿਜ਼ਾਇਨ ਹੈ ਜ਼ਿਆਦਾ ਮੱਥਾ ਮਾਰਿਆ ਨਹੀਂ ਮੈਂ ਕਿਹਾ ਵੀ ਹੁਣ ਰੇਡੀਏਟਰ ਪਿੱਛੇ ਇੰਨਾ ਮੱਥਾ ਕੌਣ ਮਾਰੇ ਜਿਹੜਾ ਸੀਗਾ ਬਣਿਆ ਪਿਆ ਡਿਜ਼ਾਇਨ ਮੈਂ ਉਹੀ ਪ੍ਰਿੰਟ ਕਰਤਾ ਅਤੇ ਆਹ ਦੇਖੋ ਇੱਥੇ ਪ੍ਰਿੰਟ ਵੀ ਹੋ ਚੁੱਕਿਆ ਅਤੇ ਮੈਨੂੰ ਇੱਦਾਂ ਲੱਗ ਰਿਹਾ ਕਿ ਇਹ ਦੁਬਾਰੇ ਪ੍ਰਿੰਟ ਕਰਨਾ ਪਊਗਾ ਆਹ ਜਿਹੜਾ ਪ੍ਰਿੰਟਰ ਹੈ ਇਹਦੇ 'ਤੇ ਵੱਡੀ ਨੋਜ਼ਲ ਲੱਗੀ ਹੋਈ ਹੈ 0.6 mm ਵਾਲੀ ਅਤੇ ਆਹ ਆਪਣਾ ਬੀਜ਼ੀ ਹੈ ਇਹਦੇ 'ਤੇ ਟੰਕੀ ਪ੍ਰਿੰਟ ਹੋਣਦੀ 855 ਦੀ ਫੁੱਲ ਹਾਈ ਕੁਆਲਿਟੀ 'ਚ ਅਤੇ ਮੈਂ ਕਿਹਾ ਵੀ ਚੱਲ ਇੱਕ ਵਾਰੀ ਇਹਦੇ 'ਤੇ ਪ੍ਰਿੰਟ ਕਰਕੇ ਦੇਖਦੇ ਆਪਾਂ ਰੇਡੀਏਟਰ ਆਹ ਦੇਖੋ ਇੱਦਾਂ ਦਾ ਪ੍ਰਿੰਟ ਹੋਇਆ ਕੋਈ ਨਹੀਂ ਦੇਖਾਂਗੇ ਮੱਥਾ ਮਾਰ ਕੇ ਜੇ ਤਾਂ ਚੱਲ ਗਿਆ ਤਾਂ ਚੰਗੀ ਗੱਲ ਹੈ ਨਹੀਂ ਤਾਂ ਫਿਰ ਦੁਬਾਰਾ ਪ੍ਰਿੰਟ ਕਰ ਲਾਂਗੇ ਨਵਾਂ ਠੀਕ ਆ ਅਤੇ ਹੁਣ ਇਸ ਤੋਂ ਬਾਅਦ ਹੋਰ ਜਿੰਨੇ ਵੀ ਪਾਰਟ ਇਹਦੇ ਰਹਿੰਦੇ ਨੇ ਪ੍ਰਿੰਟ ਕਰਨ ਵਾਲੇ ਉਹ ਸਾਰੇ ਇੱਕ ਕਰਕੇ ਮੈਂ ਪ੍ਰਿੰਟ ਕਰਦਾ ਵਾਂ ਅਤੇ ਫਿਰ ਦੇਖਾਂਗੇ ਜੇ ਰਾਤ ਨੂੰ ਸਾਰਾ ਕੁਛ ਪ੍ਰਿੰਟ ਹੋ ਗਿਆ ਪ੍ਰੋਪਰ ਸਹੀ ਜਿੰਨੇ ਵੀ ਪਾਰਟ ਨੇ ਅਤੇ ਰਾਤ ਨੂੰ ਫਿਰ ਆਪਾਂ ਅਸੈਂਬਲ ਕਰਾਂਗੇ ਠੀਕ ਹੈ 855 ਅਤੇ ਇਹਦੀ ਛਤਰੀ ਵੀ ਹਜੇ ਸੱਚ ਪ੍ਰਿੰਟ ਕਰਨੀ ਹੈ ਉਹ ਤਾਂ ਉਦੋਂ ਹੀ ਵਾਰੀ ਆਊਗੀ ਜਦੋਂ ਪ੍ਰਿੰਟਰ ਫ੍ਰੀ ਹੋਣਗੇ ਹੁਣ ਇੱਕ ਵਾਰੀ ਪ੍ਰਿੰਟਰ ਦੋਵੇਂ ਚੱਲਣ ਦੇਣੇ ਉਹ ਵੀ ਚੱਲਣ ਹੀ ਦਿਆ ਦੂਜੇ ਪਾਰਟ ਨੂੰ ਪ੍ਰਿੰਟ ਕਰਨੇ ਲਾਉਂਦਾ ਮੈਂ ਅਤੇ ਉਸ ਦੇ ਨਾਲ ਇੱਕ ਵਾਰੀ ਇਹਨੂੰ ਤਾਂ ਪਾਸੇ ਕਰ ਦਈਏ ਆਪਣੀਆਂ ਹੈਰ ਉਹਨੇ ਨਾ ਇਹ ਖਰਾਬ ਹੋਈਆਂ ਪਈਆਂ ਅਤੇ ਮੈਂ ਉਹਨਾਂ ਚਿਰ ਇਹਨਾਂ ਦਾ ਕੋਈ ਹੱਲ ਕਰਦਾ ਵਾਂ ਕੱਲ੍ਹ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਸੀ ਪਰ ਸ਼ੂਟ ਹੋਈਆਂ ਨਹੀਂ ਕਿਉਂਕਿ ਇਹ ਖਰਾਬ ਹੋ ਗਈਆਂ ਸੀ ਅਤੇ ਅੱਜ ਪਹਿਲਾਂ ਇਹਦਾ ਹੱਲ ਕਰਦਾ ਨਾਲ ਠੀਕ ਹੈ ਆਹ ਪਲੈਨ ਨੇ ਮੌਕੇ 'ਤੇ ਅਤੇ ਆਹ ਚੱਲਣ ਦਿਆ ਜੇ ਕੰਮ ਅਤੇ ਹੈਰੋ ਹੋ ਗਈ ਆ ਠੀਕ ਜੋ ਵੀ ਪ੍ਰੋਬਲਮ ਸੀਗੀ ਉਹ ਸੋਲਵ ਕਰਤੀ ਹੈ ਮੈਂ ਹੁਣ ਜੋ ਮੌਕੇ ਦੀ ਰਿਪੋਰਟ ਹੈ ਠੀਕ ਹੈ ਅਤੇ ਉਸ ਦੇ ਨਾਲ ਹੀ ਆਪਣਾ 855 ਇਹਦੇ 'ਤੇ ਵੀ ਚੱਲਣ ਦਿਆ ਕੰਮ ਜੰਗੀ ਪੱਧਰ 'ਤੇ ਇੱਦਾਂ ਲੱਗਣਾ ਇਹਦੇ 'ਤੇ ਰੇਡੀਏਟਰ ਵੇਖਣ 'ਚ ਤਾਂ ਸਿਰਾ ਹੀ ਲੱਗਣ ਦਿਆ ਟਰੇਟਰ ਬਾਕੀ ਜਿੰਨਾ ਚਿਰ ਇਹਦੀ ਟੈਂਕੀ ਨਹੀਂ ਰੱਖੀ ਜਾਂਦੀ ਉਹਨਾਂ ਚਿਰ ਕੁਛ ਨਹੀਂ ਕਹਿ ਸਕਦੇ ਪਾਰਟਸ ਹੌਲੀ ਹੌਲੀ ਸਾਰੇ ਪ੍ਰਿੰਟ ਕਰਨੇ ਆ ਮੈਂ ਅਤੇ ਆਹ ਜਿਹੜੇ ਦੋ ਪਾਰਟਸ ਨੇ ਨਾ ਇਹ ਦੁਬਾਰੇ ਪ੍ਰਿੰਟ ਕਰਨੇ ਪੈਣੇ ਆ ਜਿਹੜੇ ਇੱਧਰ ਟੰਕੀ ਵੀ ਤੁਸੀਂ ਮੰਨ ਕੇ ਚੱਲੋ ਕਿ ਅੱਧਾ ਘੰਟਾ ਹੋਰ ਲੱਗੂਗਾ ਪ੍ਰਿੰਟ ਹੋਣ 'ਚ ਅੱਧੇ ਘੰਟੇ ਬਾਅਦ ਪ੍ਰਿੰਟ ਹੋ ਜੂਗੀ ਪ੍ਰੋਪਰ ਵੇਖਣ 'ਚ ਤਾਂ ਸਹੀ ਲੱਗਣ ਦੀ ਹੁਣ ਤੱਕ ਤਾਂ ਬਾਕੀ ਆਪਾਂ ਪਹਿਲਾਂ ਬਾਅਦ ਚੱਲਦੇ ਹਾਂ ਸ਼ਾਮ ਨੂੰ ਚੱਲਦੇ ਹਾਂ 4-5 ਵਜੇ ਠੰਡੇ ਹੋਏ ਨਾਲੇ ਤਾਂ ਪੇਂਟ ਲੈ ਕੇ ਆਉਂਦੇ 855 ਦਾ ਅਤੇ ਨਾਲੇ ਹੋਰ ਕੰਮ ਨੇ ਨਿੱਕੇ ਨਿੱਕੇ ਉਹ ਨਿਬੇੜ ਕੇ ਆਵਾਂਗੇ ਠੀਕ ਹੈ
चलो इन चलन देने तो इतने इनकी होड जी वो भी मैं करती है सैट सारी आठ साइज रखना इदा का ठीक है। तो पहला फोल्डर है अपना ठीक है जिंद इन्ना ज़्यादा आप अड़ंगा मिक्स किया हो ठीक है। हाँ तुम इतने देखो की कुछ इन स्वराज में बना जिन्हें पार्ट ने सारे स्वराज वास्ते यूज़ किए आप ठीक है। हूँ तक किसी भी प्रोजेक्ट से इन्ने ज़्यादा पार्ट नहीं आप यूज़ किए जो नैटवर्क थोड़ा जहा भी डाउन हो तो कंप्यूटर पूरा लैग मार जाता कई बार मौके पर चलो सही चलन दिया। चलो ठीक है देखते हैं फिर आ प्रिंट हो जाता उस बाद फिर हुड प्रिंट करनी लावे इस प्रिंटर से। हिंदुस्तान का अपडेट कुछ इदा है कि मौके पर तो हूँ तक कोई काम नहीं होया इन बस वो लास्ट दिन का जो टैसटिंग दौरान गेयरबॉक्स खराब हो गया उदो बाद रिपेयर किया इनू तो कोई काम नहीं होया इनका डिजाइन भी कुछ इदा का कि हूँ देखो तुम आ गेयरबॉक्स टायर तो उत्ते आया पाया फिर इतने प्लेटफॉर्म से किसी तरह का कोई नहीं लगना ठीक है। तो इन वास्ते आपू पहला इनकी शो ही सारी डिजाइन करनी पैनी उदो बाद फिर देखा मडगार्ड वगैरह कि लाने ने क्योंकि यू पाइप तो म्यूजिक सिस्टम मैं मौके पर एक बार ठीक लगन दिया जिंदा कंपेयर करिए आप कोई ज़्यादा खास फर्क है नहीं गा तो देखते हैं चलो अगे की बनता इनका तो कम हजे रोल गदोल जी चलन दिया इन्हें तो थोड़ा टाइम लगेगा अजे अजे इन सर्वो भी नहीं चेंज की मैं नवी सर्वो लिया के रखी हुई देखो यही नहीं चेंज कर टाइम लगे कोई नहीं देखते हैं 855 पहला तैयार करिए हूँ एक बार उदो बाद फिर देखा इनका नंबर आऊगा। हूँ करो चैक तुम टंकी लग गई अपने स्वराज से फिटिंग भी बिल्कुल ओके आ देखो बस मेन हूँ आ प्रॉब्लम है रविंगा टेढ़ा जाना इंजन का पार्ट इनू दोबारे करना पैना प्रिंट डिजाइन करता मैं सारा बस प्रिंट करना है ठीक है। बाकी सारे पार्ट लगभग प्रिंट हो ही चुके ने इन्हें पखा प्रिंट करना सच अजे रात लावे मौके पर हूँ छतरी प्रिंट करनी लाई है 4.5 घंटे लगन गए इनू प्रिंट होने ठीक है। यानी कि हूँ लंबे टाइम लिए प्रिंटर एवं छड़ना पैना आ प्रिंटर तो कुछ प्रिंट कर नहीं सकते हूँ क्योंकि जिन्ना भी होना इस तो बाद प्रिंट करना वो निक्का निक्का है डिटेल प्रिंट करने वाला तो फिर इस प्रिंटर तो नहीं होंगे इन्हें तो उ चीज़ा होंगे जी बालियाँ रफ तो अपन बस एक जिदा डिजाइन वगैरह चाहिए नॉर्मल कि जिमें इदा के पार्ट हो गए जे आप फुल हैवी बनाने ने जिन्हों के डिटेल की जरूरत नहीं गी ठीक है। वो आप इंटर तो प्रिंट करते भी छेती प्रिंट हो जाए तो बाकी जोड़ा डिटेल वाला जिन्ना भी काम होंगे जिंदा निकी निकी डिटेल होंगी फिर 0.4 mm वाली नोजल तो प्रिंट करते हैं आप इन्होंने दोवों प्रिंटर च लगभग 1 घंटे का फर्क रहा है ठीक है। जे आई छतरी मैं इन प्रिंट करता तो इन 1 घंटा पहला प्रिंट हो जानी सी पर उन्हें फिनिशिंग का फर्क पै जाता फिर इस करके आप इन जी प्रिंट करना है ठीक है। तो मौके पर प्रिंट आँदी है 26 मिनट हो गया प्रिंट होंगे तो इनू एक बार करिए ऑफ तो आप जाके आने तो मैं पेंट का पता करता वा स्वराज का एक तो शो वाला ओरिजिनल पेंट मिल जाए प्लस जो बॉडी वाला पेंट है वह भी आपको चाहिए आप वैसे तो यूज़ किया हो स्वराज के देखो आप लैके आए थे तो इना स्प्रे पेंट नहीं मिलया ये बुरश वाला पेंट मिलया तो उदो लिया किया आप मड़गाड़ रिम इन का भी पेंट मिल गया से देखो तो हूँ पता करता मैं जे तो स्प्रे वाला पेंट मिल गया ना मैं तो स्प्रे वाला लैके आने फिर मड़गाड़ वास्ते भी प्लेटफॉर्म वास्ते भी तो शो वास्ते तो लाल चाहिए यानी कि टोटल 3 कलर लियाने पैने आपको। चलो कोई नहीं देखते हैं मैं पता करता मिलते हैं नहीं मिलते की सीन है की बनता है। 2-2.5 महीनों बाद मैं लगता पा मैं बुलेट चला हालांकि इन्ना टाइम होया नहीं होना टाइम तो मैं लगता 1 महीना ही होया होगा मसा एक तो घरों नहीं निकली तेरे छेती कि ज़्यादा तो अजे पिछले महीने मैं निकलिया भी हाँ तो ज़्यादातर गड्डी च निकलिया इन बेचारे ने स्टार्ट ही नहीं किया इन्हें तो बिना काम होने वाला थोड़ा ज़्यादा तो मैं हजे कर नहीं दिया मैं क्या खड़ा ही रहा तो खर्चा लाने का की फायदा मेरे बाकी हूँ अगे कराने करवाने ही पैना एक तो अगला टायर चेंज होना है सर्विस होनी है वॉफिंग होनी है यानी कि मोटा मोटा 10,000 का खर्चा है मोटी शॉपिंग हो गई हम बारी कौन खोलूगा औखा ही चल मोटा खर्चा करता अज दिल खोल के रवैया यार माता बजट हिल गया महीने का पूरा ओ भाई मोटा खर्चा हो गया
ਲਵੇ ਮੁੰਡੇ ਆ ਸਵਰਾਜ ਤੇ ਤਿੰਨ ਪੇਂਟ ਯੂਜ਼ ਹੁੰਦੇ ਨੇ ਸਾਵਣਾ ਜ਼ਿਆਦਾ ਤਿੰਨ ਹੀ ਚੱਕ ਲਿਆ ਆਪਾਂ ਓਰੀਜਨਲ ਹੁੰਦੇ ਆ ਨਾ ਤੇ ਮਹਿੰਗੇ ਹੁੰਦੇ ਨੇ ਕੀ ਕਰ ਸਕਦੇ ਫਿਰ ਸ਼ੌਂਕ ਆ ਖਰਚਾ ਤੇ ਕਰਨਾ ਹੀ ਪੈਣਾ ਉਹਨਾਂ ਬਾਅਦ ਚ ਬੈਗ ਚ ਪਾਉਂਦੇ ਆ ਫਿਲਹਾਲ ਹੁਣ ਆਪਾਂ ਚੱਲਦੇ ਆ ਘਰ ਵੱਲ ਨੂੰ ਅੱਜ ਬਹੁਤ ਲੇਟ ਹੋ ਗਏ ਕੰਮ ਸੀ ਹੋਰ ਇੱਕ ਦੋ ਜ਼ਰੂਰੀ ਉਹ ਕਰਨ ਲੱਗ ਪਿਆ ਟਾਈਮ ਦੇ ਲੋ ਪਹੁੰਚ ਗਏ ਆਪਾਂ ਘਰੇ ਖੁੱਲ ਜਾ ਸਿਮ ਸਿਮ ਇਹ ਆਪਣਾ ਜਾਦੂ ਦਾ ਪਿਟਾਰਾ ਇਹਦੇ ਵਿੱਚੋਂ ਸਮਾਨ ਨਿਕਲਦਾ ਦੁਬਾਰਾ ਦੁਬਾਰਾ ਗੱਲ ਬਣੀ ਨਹੀਂ ਚਲੋ ਕੋਈ ਨਹੀਂ ਤਿੰਨ ਸਪਰੇ ਪੇਂਟ ਨੇ ਤਿੰਨੇ ਇੱਕੋ ਸਵਰਾਜ ਦੇ ਹੀ ਨੇ ਠੀਕ ਆ ਕਿਉਂਕਿ ਸਵਰਾਜ ਨੂੰ ਤਿੰਨ ਅਲੱਗ ਅਲੱਗ ਰੰਗ ਹੁੰਦੇ ਨੇ ਇਹਦੇ ਰਿੰਮਾਂ ਦਾ ਚਲੋ ਇੱਥੇ ਤਾਂ ਕੀ ਹੋਣਾ ਤੁਸੀਂ ਇੱਥੇ ਹੀ ਵੇਖ ਲਓ ਓਰੀਜਨਲ ਜੋ ਵੀ ਰੰਗ ਹੈਗਾ ਇੱਥੇ ਹੀ ਹੈ ਆ ਰਿਹਾ ਰਿੰਮਾਂ ਦਾ ਰਿੰਮ ਅਤੇ ਇਹਦੇ ਮਡਗਾੜ ਦੋਵਾਂ ਦਾ ਰੰਗ ਸੇਮ ਹੁੰਦਾ ਠੀਕ ਹੈ ਅਤੇ ਉਸ ਤੋਂ ਇਲਾਵਾ ਜਿਹੜੀ ਚੈਸੀ ਬਚੀ ਆ ਉਹਨੂੰ ਇਹਦੇ ਨਾਲ ਦਾ ਪੇਂਟ ਹੁੰਦਾ ਆ ਦੇਖ ਲਓ ਧਿਆਨ ਨਾਲ ਇੱਥੋਂ ਦਾ ਲਿਬੜਿਆ ਹੋਇਆ ਪਤਾ ਨਹੀਂ ਲੱਗਣਾ ਤੁਹਾਨੂੰ ਓਰੀਜਨਲ ਆ ਰਿਹਾ ਇੱਥੇ ਸਟਿੱਕਰ ਲੱਗਾ ਹੋਊਗਾ ਆਹ ਦੇਖੋ ਆਹ ਜੇ ਪੇਂਟ ਠੀਕ ਹੈ ਸੇਮ ਟੂ ਸੇਮ ਹੈ ਅਤੇ ਆਹ ਜਿਹੜਾ ਇਹ ਸ਼ੋਦ ਹੈ ਟਮਾਟਰ ਲਾਲ ਠੀਕ ਆ ਅਤੇ ਇੱਕ ਆ ਬਚਿਆ ਏ ਆ ਹੋ ਗਿਆ ਇਹਦਾ ਇਹਨੂੰ ਔਫ ਵਾਈਟ ਕਹਿੰਦੇ ਆ ਵੈਸੇ ਤਾਂ ਹਾਂ ਔਫ ਵਾਈਟ ਕਹਿੰਦੇ ਆ ਇਹਨੂੰ ਆਹ ਦੇਖੋ ਹੋ ਗਿਆ ਮੈਚ ਯਾਨੀ ਕਿ ਰੰਗ ਆਪਣੇ ਕੋਲ ਪਹੁੰਚ ਚੁੱਕਿਆ ਇਹ ਨੋਰਮਲ ਨਾਲੋਂ ਥੋੜ੍ਹਾ ਜਿਹਾ ਮਹਿੰਗਾ ਹੀ ਹੁੰਦਾ ਇੱਥੇ ਰੇਟ ਤੁਸੀਂ ਵੇਖ ਲਓ 430 ਦਿੱਤਾ ਹੋਇਆ 430 ਤਾਂ ਨਹੀਂ ਗਾ ਰੇਟ ਇਹਨਾਂ ਦਾ 400 ml ਹੈ ਆਹ 440 ml ਹੈ ਠੀਕ ਹੈ ਆਹ 120 ਕੇ 110 ਦੀ ਬੋਤਲ ਆ ਜਾਂਦੀ ਹੈ ਅਤੇ ਆਹ ਬੋਤਲ 350 ਦੀ ਹੈ ਮਾਡਲ ਤਾਂ ਮਹਿੰਗੇ ਹੋਣੇ ਹੀ ਨੇ ਇੰਨੇ ਸੌਖੇ ਨਹੀਂ ਬਣਦੇ ਬਹੁਤ ਮਹਿੰਗੇ ਪੈਂਦੇ ਆ ਆਹ ਤਾਂ ਸਭ ਨਾਲੋਂ ਮਹਿੰਗਾ ਨਿਊ ਹੋਲੈਂਡ ਦਾ ਓਰੀਜਨਲ ਜਿਹੜਾ ਸੀ ਅਤੇ ਆਹ ਦੇਖ ਲਓ ਛਤਰੀ ਇੱਥੇ ਪ੍ਰਿੰਟ ਹੋ ਚੁੱਕੀ ਆ ਹੁੱਡ ਮੇਰੇ ਹੁੰਦਿਆਂ ਨੂੰ ਪ੍ਰਿੰਟਰ ਬੰਦ ਸੀਗਾ ਪ੍ਰਿੰਟ ਕਰਕੇ ਛਤਰੀ ਇਹਨੂੰ ਵੀ ਪੱਟ ਲਈਏ ਐਵੇਂ ਪਤਾ ਨਹੀਂ ਪਟੀਨੀ ਹੈ ਕਿ ਨਹੀਂ ਪੱਟੀ ਗਈ ਪੱਟੀ ਗਈ ਪੱਟੀ ਗਈ ਪੱਟੀ ਗਈ ਪੱਟੀ ਪੱਟੀ ਗਈ ਲਓ ਜੀ ਆਹ ਦੇਖ ਲਓ ਤੁਸੀਂ ਹੁੱਡ ਜਮਾਂ ਓਕੇ ਦੀ ਰਿਪੋਰਟ ਹੈ ਜਮਾਂ ਸੈੱਟ ਹੈ ਹੁਣ ਹੌਲੀ ਹੌਲੀ ਸ਼ੇਪ ਲੈਣ ਲੱਗ ਪਿਆ ਟਰੈਕਟਰ ਹੌਲੀ ਹੌਲੀ ਕੀ ਪੂਰੀ ਸ਼ੇਪ ਆਈ ਗਈ ਹੁਣ ਤਾਂ ਪਤਾ ਲੱਗਦਾ ਹੀ ਪਿਆ ਵੀ ਹਾਂ ਟਰੈਕਟਰ ਹੈਗਾ ਇਹ ਨਹੀਂ ਪਤਾ ਲੱਗਦਾ ਸਵਰਾਜ ਹੈ ਜਦੋਂ ਇਹਨੂੰ ਪੇਂਟ ਹੋ ਗਿਆ ਨਾ ਟੰਕੀ ਨੂੰ ਉਦੋਂ ਪਤਾ ਲੱਗਣ ਲੱਗ ਪਊ ਹਾਂ ਬਾਕੀ ਸਵਰਾਜ ਹੈ ਇਲਾਹਾਬਾਦ ਹੀ ਕਾਫੀ ਟਾਈਮ ਲੱਗ ਗਿਆ ਵੈਸੇ ਤਾਂ ਪੇਂਟ ਲੈਣ ਹੀ ਗਏ ਸੀ ਮੇਨ ਆਪਾਂ ਪਰ ਉਸ ਤੋਂ ਇਲਾਵਾ ਇੱਕ ਦੋ ਹੋਰ ਛੋਟੇ ਛੋਟੇ ਜਿਹੇ ਕੰਮ ਸੀਗੇ ਜਦੋਂ ਉੱਥੇ ਜਾਈਦਾ ਉਦੋਂ ਯਾਦ ਆਉਂਦੇ ਨੇ ਫਿਰ ਉਹਨਾਂ ਨੂੰ ਕਰਨ 'ਚ ਬਹੁਤ ਟਾਈਮ ਲੱਗ ਜਾਂਦਾ ਪੱਖਾ ਲੈ ਕੇ ਆਉਣਾ ਸੀਗਾ ਆਪਣਾ ਪੱਖਾ ਵੀ ਰਹਿ ਗਿਆ ਜੇ ਅਤੇ ਸਵੇਰੇ ਦੇਖਦਾ ਮੈਂ ਸਵੇਰੇ ਗੇੜਾ ਮਾਰਦਾ ਵਾਂ ਅਤੇ ਪੱਖਾ ਫਿਰ ਆਪਾਂ ਸਵੇਰੇ ਲੈ ਕੇ ਆਵਾਂਗੇ ਜੇ ਸਵੇਰੇ ਗੇੜਾ ਲੱਗਾ ਤਾਂ ਨਹੀਂ ਤਾਂ ਫਿਰ ਪਰਸੋਂ ਚੱਲਾਂਗੇ ਠੀਕ ਹੈ ਇੱਕ ਦੋ ਦਿਨ ਹੋਰ ਕੱਢਾਂਗੇ ਹੁਣ ਔਖੇ ਸੌਖੇ ਹੋ ਕੇ ਆਪਣੇ ਸਵਰਾਜ ਦੇ ਦੋ ਸਭ ਨੂੰ ਇੰਪੋਰਟੈਂਟ ਪਾਰਟ ਇੱਥੇ ਪ੍ਰਿੰਟ ਕਰਨੇ ਲਾਤੇ ਆ ਅਤੇ ਇਹਨਾਂ ਨੂੰ ਪ੍ਰਿੰਟ ਹੋਣ 'ਚ ਟਾਈਮ ਲੱਗ ਜੂਗਾ ਉਹ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਤੁਸੀਂ ਇੱਥੇ 8 ਘੰਟੇ ਵਿਖਾਉਂਦੇ ਆ 9 ਘੰਟੇ ਹਾਂ ਦੇਖੋ ਪਰ ਇੰਨਾ ਟਾਈਮ ਨਹੀਂ ਲੱਗਣਾ ਇਹ ਕੋਈ ਗਲਿਚ ਵਗੈਰਾ ਜਿੱਥੋਂ ਤਾਂ ਮੇਰਾ ਆਈਡੀਆ ਅਸਲ 'ਚ ਇਹਨਾਂ ਨੂੰ ਪ੍ਰਿੰਟ ਹੋਣ 'ਚ ਟਾਈਮ ਲੱਗੂਗਾ 2 ਘੰਟੇ 46 ਮਿੰਟ ਠੀਕ ਆ ਅਤੇ ਠੀਕ ਆ ਫਿਰ ਮੁੰਡਿਓ ਆਹ ਵਲੋਗ ਆਪਾਂ ਕਰਦੇ ਹਾਂ ਇੱਥੇ ਐਂਡ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਪਾਂ ਸਵੇਰੇ ਨਵੇਂ ਵਲੋਗ 'ਚ ਸਵੇਰੇ ਵੀ ਕੋਸ਼ਿਸ਼ ਮੈਂ ਕਰਦਾ ਕਿ ਜੰਗੀ ਪੱਧਰ 'ਤੇ ਆਪਾਂ ਸਵਰਾਜ 'ਤੇ ਕੰਮ ਕਰੀਏ ਆਹ ਸਵਰਾਜ ਨੂੰ ਟੈਸਟਿੰਗ ਵਾਸਤੇ ਰੇਡੀ ਕਰਕੇ ਠੀਕ ਹੈ ਜਿੱਦਾਂ ਦਾ ਆਪਾਂ ਸੋਚਿਆ ਹੋਇਆ ਉਵੇਂ ਦਾ ਤਿਆਰ ਕਰਕੇ ਅਤੇ ਉਸ ਤੋਂ ਬਾਅਦ ਮੇਰਾ ਪਲਾਨ ਹੈ ਕਿ ਕਿਸੇ ਨਾਲ ਨਵੇਂ ਇੰਪਲੀਮੈਂਟ 'ਤੇ ਆਪਾਂ ਕੰਮ ਸ਼ੁਰੂ ਕਰਾਂਗੇ ਠੀਕ ਹੈ ਹਿੰਦੁਸਤਾਨ ਦੇ ਕੰਮ 'ਤੇ ਥੋੜ੍ਹਾ ਸਲੋ ਹੀ ਚੱਲਣਾ ਹੁਣ ਅੱਗੇ ਅਤੇ ਬਾਕੀ ਕੋਈ ਨਵਾਂ ਇੰਪਲੀਮੈਂਟ ਦੇਖਦਾ ਮੈਂ ਹੁਣ ਠੀਕ ਹੈ ਮੁੰਡਿਓ ਮਿਲਦੇ ਆ ਫਿਰ ਸਵੇਰੇ ਨਵੇਂ ਵਲੌਗ 'ਚ ਓਕੇ ਬਾਏ ਟਾਟਾ।